Artlist.io. ਮਾੜੀ ਮੋਟੀ ਬਿਮਾਰੀ ਦੀ ਲੈ ਗਏ ਆਪਾਂ ਸ਼ੁਰੂਆਤ ਆ ਕਿਆ ਕਰ ਲਿਆ ਬਾਪੂ ਦਾ ਫੋਨ ਗਿਰ ਗਿਆ ਵਜਾ ਯਾਰ ਇੱਕ ਬੈਲ ਵੱਜੀ ਮੁੜ ਕੇ ਬੰਦ ਹੋ ਗਿਆ ਲੱਭਦੇ ਦੇਖਦੇ ਕਿੱਥੇ ढाई किलिया उन्नी क्वांटल जीरी निकली है छब्बी वधिया है छब्बी दा भाई नजारा सब छब्बी हो गई आमदन चे वाधा पावे रब जी वधिया कारोबार चले बाई दा जी ਬਹੁਤ ਬਹੁਤ ਧੰਨਵਾਦ ਆ ਵੀਰ ਦਾ ਉਹਦਾ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਯੂਟਿਊਬ ਚੈਨਲ ਤੇ ਲਓ ਜੀ ਬਾਈ ਅੱਜ ਮੀਂਹ ਪੈਣ ਤੋਂ ਬਾਅਦ ਕੱਲ੍ਹ ਤੁਸੀਂ ਦੇਖਿਆ ਜੀ ਪਹਿਲੇ ਵਲੌਗ 'ਚ ਬਾਪੂ ਦੀ ਵੱਡੀ ਸੀ ਉਹਦੇ ਬਾਅਦ ਅੱਜ ਆਇਆ ਸਰਬਜੀਤ ਬਾਈ ਦਾ ਨੰਬਰ ਆਪਣੇ ਉਹਨਾਂ ਦਾ ਉਹਨਾਂ ਦੇ ਦੋ ਢਾਈ ਕਿੱਲੇ ਆ ਉੱਥੇ ਪਿੰਡ ਕੋਲੇ ਜਿਹੜੀ ਆਪਣਾ ਕਾਲੇ ਦੀ ਜ਼ਮੀਨ ਦੇ ਨਾਲੇ ਉਹਨਾਂ ਦੀ ਜ਼ਮੀਨ ਆ ਉੱਥੇ ਲੱਗੇ ਅੱਜ ਵੱਢਣ ਚਲੋ ਚੱਲਦੇ ਹਾਂ ਹੁਣ ਸਰਬਜੀਤ ਤੇ ਦੇਖਦੇ ਹਾਂ ਕਿਹੜਾ ਬੀਜ ਆ 28 ਬੀਜ ਕਹਿੰਦਾ ਵੈਸੇ ਤਾਂ ਬਾਕੀ ਅਜੇ ਪਿੰਡ ਵਾਲੇ ਪਾਸੇ ਚਲਾਈ ਤਾਂ ਹੈ ਨਹੀਂ ਮੀਂਹ ਕਰਕੇ ਥੋੜ੍ਹਾ ਜਿਹਾ ਗਿੱਲਾ ਤਾਂ ਦੇਖਦੇ ਆ ਜਾ ਕੇ ਵੀ ਸੁੱਕੇ ਆ ਕਿਵੇਂ ਆ ਗਿੱਲੇ ਆ ਬਾਕੀ ਬਾਪੂ ਵਾਲੇ ਜਿਹੜਾ ਵਧੀਆ ਚੱਲੀ ਤੁਸੀਂ ਦੇਖਿਆ ਹੀ ਆ ਬਾਪੂ ਦੇ ਝਾੜ ਦੇ ਬਾਈ ਬੱਲੇ ਬੱਲੇ ਕਰਾਤੇ ਆ ਪੂਰਾ ਟੌਪ ਦਾ ਝਾੜ ਨਿਕਲਿਆ ਬਾਕੀ ਕੰਡਾ ਨੇ ਅਜੇ ਮੰਡੀ 'ਚ ਆ ਬਾਪੂ ਦੱਸਿਆ ਨਹੀਂ ਅਜੇ ਪਤਾ ਮਿਲਿਆ ਨਹੀਂ ਬਾਕੀ ਮਿਲੇ ਤੁਹਾਨੂੰ ਦੱਸਾਂਗੇ ਕਿੰਨਾ ਝਾੜ ਆਇਆ ਜੋ ਚੱਲਦੇ ਆ ਹੁਣ ਸਰਬਜੀਤ ਬਾਈ ਦੇ ਫਿਰ ਮਿਲਾਉਂਦੇ ਆ ਤੁਹਾਨੂੰ ਉੱਤੇ ਜਾ ਕੇ ਸਰਬਜੀਤ ਬਾਈ ਆਪਣੇ ਉਹਨਾਂ ਦੇ ਵੱਢਣੀ ਆ ਇੱਕ ਲੰਬੜਦਾਰ ਦੇ ਵੱਢਣੀ ਆ ਉੱਤੇ ਆਪਣੇ ਇਹਦੇ ਸਾਹਿਬ ਜੋਤ ਦੇ ਵੱਢਣੀ ਆ ਦੋ ਤਿੰਨ ਘਰਾਂ ਦੇ ਉੱਤੇ ਵੱਢਣੀ ਆ ਪਿੰਡ ਕੋਲੇ ਚਲੋ ਚੱਲਦੇ ਹਾਂ ਹੁਣ ਪਿੰਡ ਦੇ ਇੱਕ ਨਾਲੇ ਦਿਖਾਉਂਦੇ ਹਾਂ ਤੁਹਾਨੂੰ ਮਿਲਾਉਂਦੇ ਹਾਂ ਅੱਜ ਮਾਲਾਂ ਦੇ ਬਲੌਕਰਾਂ ਦੇ ਵੱਢਣੀ ਆ ਅੱਜ ਚਲੋ ਚੱਲਦੇ ਹਾਂ ਜੀ ਹੁਣ ਬਾਈ ਪਹੁੰਚ ਗਏ ਅਮਨੇ ਉਹਨਾਂ ਦੇ ਆਹ ਕਿੱਲਾ ਵੱਢਣਾ ਇਹਨਾਂ ਦਾ ਫਿਰ ਬਾਕੀ ਪਿੰਡ ਕੋਲ ਵੱਢਣੀ ਆ ਬਾਪੂ ਮੱਥਾ ਟੇਕਣ ਲੱਗਿਆ ਬਾਪੂ ਸਤਿ ਸ਼੍ਰੀ ਅਕਾਲ ਮੱਥਾ ਟੇਕਦਾ ਬਾਪੂ ਨੇ ਰੱਬ ਕਰੇ ਬਾਈ ਬਾਪੂ ਦਾ 35 ਕੁਆਂਟਲ ਤੇ ਵੀ 36 ਹੋ ਜਾਵੇ 6 ਲੱਗ ਜਾਵੇ ਪਿੱਛੇ 3-6 ਹੋ ਜਾਵੇ ਝਾੜ ਸਰਬਜੀਤ ਬਾਈ ਜਿਹਦੇ ਕਰਮਾਂ 'ਚ ਹੈਗਾ ਉਹਨੇ ਆਏ ਜਾਣਾ ਲਓ ਜੀ ਬਾਈ ਦੋ ਗਾ ਤੇ ਮੈਂ 3 ਲਾਊਂਗਾ ਪੂਰੀ ਬਾਈ ਵੀ ਆ ਗਿਆ ਹਾਂ ਹਾਂ ਲਓ ਜੀ ਆ ਗਏ ਤੇ ਆਪਾਂ ਸਰਬਜੀਤ ਬਾਈ ਦਾ ਦੇ ਜੀ ਮਿਲੋ ਜੀ ਇੱਧਰ ਬਾਈ ਨੂੰ ਹਾਂਜੀ ਬਾਈ ਬਾਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਚੱਲਦਾ ਜੀ ਕੰਮ ਕਾਰ ਬਾਈ ਕੰਮ ਕਾਰ ਵਧੀਆ ਚੱਲਦਾ ਤੁਹਾਡਾ ਧੰਨਵਾਦ ਤੁਸੀਂ ਵੱਢਣ ਪਹੁੰਚ ਗਏ ਆਉਣਾ ਹੀ ਬੈਠਾ ਤਾ ਜੀ ਜਦ ਮਰਜੀ ਆ ਚਲੋ ਬਾਬਾ ਨਾਨਕ ਸਰ ਨੂੰ ਚੁਕਾਵੇ ਹਾਂਜੀ ਹਾਂਜੀ ਆਪਣੇ ਦਾ ਮੈਂ ਕਹਿੰਦੇ ਸ਼ੁਰੂਆਤ ਹੋ ਅੱਜ ਗੱਲ ਲੱਗਿਆ ਨਾ ਜੀ ਪਹਿਲਾਂ ਤਾਂ ਨਹੀਂ ਕੋਈ ਵੱਢ ਕੇ ਲੈ ਗਏ ਆਪਾਂ ਸ਼ੁਰੂਆਤ ਅੱਜ ਸ਼ੁਰੂਆਤ ਕਰੀ ਹੈ ਸ਼ੁਰੂਆਤ ਵੀ ਹੈ ਤੇ ਸਮਾਪਤੀ ਵੀ ਹੈ ਅੱਜ ਵੱਢ ਹੋ ਜਾਣੇ ਅੱਛਾ ਜੀ 28 ਬੀਜ ਹੈ 28 ਬੀਜ ਹੈ ਜੀ ਚਿੱਟਾ ਤਾਂ ਠੀਕ ਹੈ ਜੀ ਵਧੀਆ ਨਾ ਜੀ ਹਾਂ ਵਧੀਆ ਬਾਬੇ ਨਾਨਕ ਦੀ ਕਿਰਪਾ ਵਧੀਆ ਜੀ ਵਧੀਆ ਕੋਈ ਫੁਰਜੀ ਫਰਜੀ ਤਾਂ ਨਹੀਂ ਜੀ ਕੋਈ ਫੁਰਜੀ ਬੈਠਾ ਮੋਟਰਸਾਈਕਲ ਤੇ ਆਇਆ ਪਿਆ ਮਸ਼ੀਨ ਦੇਖਣ ਆਏ ਆ
ਛੀਨ ਦੇਖਣਾ ਕਿਕੜਾ ਕਿਕੜਾ ਚੱਲਦੀ ਆ ਉਹ ਗਈ ਕਹਿੰਦਾ ਭਾਈ ਦਾ ਮੁੰਡਾ ਟਰਾਲਾ ਭਰੂਗਾ ਅਰਜਨ ਤੂੰ ਚਲਾਊਗਾ ਜੋਡੀਅਰ ਮੈਂ ਚਲਾਊਗਾ ਉਹ ਖੁੱਲਦਾ ਪੂਰਾ ਮਸ਼ੀਨ ਉਹਨੇ ਦੇਖ ਲਈ ਰਾਟ ਮਾਰ ਉਹ ਤਾਂ ਕੱਤਾ ਕਹਿੰਦਾ ਇਹਦਾ ਪਾਪਾ ਲੈ ਕੇ ਜਾ ਘੁਮਾ ਕੇ ਹਨਾ ਦੁਬਾਰੇ ਕਰ ਸਿੰਪਲ ਫੋਨ ਤਾ ਜੀ ਫੋਨ ਸਿੰਪਲ ਤਾ ਜੀ ਕਿਹੜਾ ਪਾਰਟੀ ਹੋ ਗਈ ਰਿੰਗ ਮਾਰ ਲੈਣੀ ਤੀ ਭਾਈ ਰਿੰਗ ਇੱਧਰ ਭਾਈ ਆ ਗਿਆ ਰੋਟੀ ਲੈ ਕੇ ਜੀ ਤਾਂ ਰੋਟੀ ਲੈ ਕੇ ਆ ਗਿਆ ਟਾਈਮ ਟੂਮ ਦੇਖ ਲਿਆ ਕਰੋ ਬਾਈ ਹੁਣ ਸਰਬਜੀਤ ਬਾਈ ਦਾ ਕੀਲਾ ਵੱਢ ਕੇ ਉੱਧਰ ਇੱਧਰ ਆ ਗਈ ਮਸ਼ੀਨ ਸਾਹਿਬਜੋਤ ਦੇ ਲੰਬੜਦਾਰ ਤੇ ਆ ਗਈ ਬਾਈ ਲੰਬੜਦਾਰ ਤੇ ਹੋਰ ਲੰਬੜਦਾਰ ਉੱਦਣ ਫਿਰ ਕਿੰਨੀ ਹੋ ਗਈ ਦੀ ਛੱਪੀ ਜਿਹੜੀ ਆਪਣੇ ਵੱਡੀ ਦੀ ਛੋਟੀ ਜੀ ਕੱਤੀ ਜੀ ਆ ਢਾਈ ਕਿੱਲਿਆਂ ਚ 19 ਕੁਇੰਟਲ ਜਿਹੜੀ ਨਿਕਲੀ ਆ ਛੱਬੀ ਵਧੀਆ ਐਤਕੀ ਛੱਬੀ ਦਾ ਹੀ ਬਾਈ ਨਜ਼ਾਰਾ ਸਭ ਛੱਬੀ ਹੋ ਗਈ ਕਿੰਨੀ ਵਧੀਆ ਹੋ ਗਈ ਫੇਰ ਦੇਖ ਲਾ ਬਾਈ ਛੱਬੀ ਮੈਂ ਤਾਂ ਕਹਿੰਦਾ ਬਸ ਜਿਹਨੇ ਛੱਬੀ ਲੇਟ ਲਾਈ ਹੋਈ ਆ ਨਾ ਉਹ ਤਾਂ ਨਜ਼ਾਰੇ ਲਾਊਗਾ ਐਤਕੀ ਉਹ ਕਾ ਉਹ ਕਰ ਉਹ ਤਾਂ ਮੈਂ ਦੇਖਿਆ ਇੱਧਰ ਗੁਰਪ੍ਰੀਤ ਦੀ ਵੱਡੀ ਉਹ ਵੀ ਆਈ ਹੋਈ ਉਹ ਜਿਹਦੀ ਅੱਛਾ ਉਹ ਬੂਝੇ ਰਹੇ ਆ ਲੰਬੜਦਾਰ ਬਾਈ ਮਿਹਨਤ ਬਹੁਤ ਕਰਦਾ ਵੀ ਮੁੰਡਾ ਸ਼ੌਂਕ ਵੀ ਪੂਰੇ ਕਰਦਾ ਹੈ ਟਰੈਕਟਰ ਵੀ ਦੇਖੋ ਵਧੀਆ ਬਣਾਇਆ ਪਿਆ ਉਹਦਾ ਕਾਲਾ ਲਾਇਆ ਹੋਇਆ ਵੱਢਣ ਆਪਾਂ ਨੇ ਅੱਜ ਦੇਖੋ ਸਰਬਜੀਤ ਬਾਈ ਉੱਪਰੇ ਖੜਾ ਸਰਬਜੀਤ ਉੱਪਰੇ ਖੜਾ ਵੀ ਕਿਤੇ ਹੋਰ ਮਸ਼ੀਨ ਨਾ ਲੈ ਜਾਣ ਦੋ ਤਿੰਨ ਕੁਇੰਟਲ ਨਿਕਲੇ ਜਾਂ ਲਾਇਆ ਕੁਛ ਨਾ ਕੁਛ ਤੱਕ ਪੱਲੇ ਪਊਗੇ ਮਸ਼ੀਨ ਦੀ ਬੜਾਈ ਜਿੰਨਾ ਆਪਣਾ ਧਾਨ ਹੋਏ ਆ ਉਹਦੇ ਨਾਲ ਦੁੱਗਣਾ ਫੂਸ ਪਿਆ ਉੱਤੇ ਆਹ ਚੱਕਰ ਆ ਤਿੰਨ ਪੱਖੇ ਲੱਗੇ ਉਹਦੇ ਕਰਕੇ ਉਹ ਦੂਈ ਜੀਰੀ ਮਾਰ ਲਈ ਉਹਨੇ ਵਿੱਚੇ ਵਧੀਆ ਦੀ ਜਿਹੜੀ ਉਹ ਵੀ ਵੈਸੇ ਖਤਮੇ ਦੀ ਯਾਰ ਉਹ ਚ ਵੀ ਆਹੀ ਗੁੱਸਾ ਹਰਾ ਚੱਲ ਕੋਈ ਨੀ ਜਿਹੜਾ ਕੋ ਹੋਣਾ ਬੰਪਰ ਕਾਹਤੇ ਖੋਲਦਾ ਦਾ ਬੰਪਰ ਯਾਰ ਬੜਾ ਲਵਾਉਂਗੇ ਰੁਕੇ ਹੁਣ ਤਾਂ ਬਾਈ ਮਾਂਜੀ ਖਰਾਬ ਕਰਦਾ ਦਾ ਹੁਣ ਜੀਰੀ ਨੇ ਚੱਲ ਕੋਈ ਨੀ ਇਹ ਤਾਂ ਘਾਟੇ ਵਾਧੇ ਹੁੰਦੇ ਰਹਿਣੇ ਆ ਬਾਕੀ ਟਰੈਕਟਰ ਦੇ ਲਓ ਬਾਈ ਮੁੰਡੇ ਨੇ ਬਣਾਇਆ ਪਿਆ ਡਾਊਨ ਸੀਲਿੰਗ ਵੀ ਚੱਕਤੀ ਇਹ ਕਿਆ ਚੱਕਰ ਆ ਬਾਈ ਤਰੀ ਬਲਦਾਤੀ ਬਾਈ ਕਰਾ ਕਰਕੇ ਨਾ ਯਾਰ ਸਾਰਾ ਕੁਦੇ ਹਿੱਲਦਾ ਦਾ ਅੱਛਾ ਪਾੜ ਦੇ ਨਾਟ ਵੀ ਪਾੜ ਤੇ ਮਗਰਾੜ ਹਾਂ ਹੋਰ ਜੀ ਨੇ ਠੀਕ ਆ ਹੁਣ ਕੈਮ ਹੁਣ ਦਵਾਈ ਨੇ ਕਰਤਾ ਰਾਜੀ ਕੋ ਬਾਪੂ ਜਿਹੜਾ ਬਾਪੂ ਦੀ ਦਵਾਈ ਦਵਾ ਕੇ ਲੈਣੀ ਉਹ ਲੱਗਣੀ ਸੀ ਤੈਨੂੰ ਹੁਣ ਤਾਂ ਠੀਕ ਆ ਹੁਣ ਤਾਂ ਨੀ ਹੈਗਾ ਲਾਸਟ ਪੈ ਜੇ ਦੁਖਦੇ ਚਲੋ ਬਾਈ ਸ਼ਾਮ ਨੂੰ ਲੈ ਲਈ ਫੇਰ ਹਾਂ ਜਾਂ ਮੰਜੇ ਦਾ ਪਿਆ ਰਹਿਣਾ ਫੇਰ ਵੀ ਬੰਦੇ ਦਾ ਫਰਕ ਪੈ ਜਾਣਾ ਹਾਂ ਹਾਂ ਬੰਦੇ ਦਾ ਫਰਕ ਹਾਂ ਬਸ ਬਸ ਇਹੀ ਗੱਲ ਆ ਤੇਰੀ ਚਲੋ ਵਧੀਆ ਬਾਕੀ ਬਾਈ ਲੱਗਿਆ ਕਾਲਾ ਬਾਈ ਚਲਾਉਣਾ ਇਹਦੀ ਵੱਢੀ ਗਈ ਬਾਕੀ ਸਰਬਜੀਤ ਦੀ ਵੱਢਣੀ ਆ ਉਹ ਖੜੀ ਆ ਉੱਧਰ ਜੀਰੀ
ਸਾਰੀ ਆ ਸਾਰੇ ਕੱਜ ਵਿਹਲੇ ਕਰ ਦੇਣਾ ਇੱਥੇ ਤੇ ਜੀ ਇੱਕ ਜਾਨ ਮਾਲ ਦੀ ਰਹਿ ਜੂਗੀ ਬਾਕੀ ਹੋਰ ਵਿੱਕੀ ਬਾਈ ਦਾ ਟਰੈਕਟਰ ਵੀ ਖੜਾ ਉਹ ਦੇਖੋ ਆਇਆ ਪ੍ਰੀਤ ਉਹ ਹਾਈ ਲਾਈ ਫਿਰਦਾ ਪੂਰਾ ਛੱਬੀ 'ਚ ਬਾਈ ਜਮਾਂ ਹੀ ਮਸ਼ੀਨ ਆਪਣੀ ਬਿਲਕੁਲ ਓਕੇ ਆ ਛੱਬੀ 'ਚ ਇੱਕ ਮਾੜਾ ਜਿਹਾ ਵੀ ਕੋਈ ਨੁਕਸਾਨ ਨਹੀਂ ਕਰਦਾ ਨਾ ਛੱਬੀ 'ਚ ਦਾਣਾ ਆਉਂਦਾ ਇਹ ਜਿਹਾ ਬੀਜ ਇੰਨਾ ਕੰਮ ਦਾ ਬੀਜ ਆ ਵੀ ਤੁਹਾਨੂੰ ਦਾਣਾ ਆਹ ਦੇਖੋ ਬਿਲਕੁਲ ਵੀ ਦਾਣਾ ਨਹੀਂ ਹੈਗਾ ਥੱਲੇ ਦੇਖੋ ਪਟਾਸ ਇਹ ਆ ਮਾੜੀ ਮੋਟੀ ਜਿਹੜੀ ਹੈਗੀ ਆ ਕੋਈ ਦਾਣਾ ਨਹੀਂ ਥੱਲੇ ਆਹ ਵੀ ਦੇਖੋ ਲੜੀ ਜੀ ਜਿਹੜੀ ਖਾਲੀ ਦਾਣੇ ਹੈ ਜੀ ਕੋਈ ਉਹ ਦਾਣਾ ਨਹੀਂ ਥੱਲੇ ਸਾਫ਼ ਪਿਆ ਬਾਈ ਅਠਾਈ ਹੋ ਗਿਆ ਪੂਛਾ ਹੋ ਗਈ ਛੱਬੀ ਹੋ ਗਈ ਇਹ ਸਾਰੇ ਬੀਜ ਹੈ ਨਾ ਵਧੀਆ ਹੈ ਬੜਾਈ ਵੀਰੇ ਤਾਂ ਹੀ ਤਾਂ ਦਸ ਬਾਰਾਂ ਦਿਨ ਪਹਿਲਾਂ ਤਾਂ ਹੀ ਤਾਂ ਲਾਈ ਦੇ ਹੱਥੇ ਨੂੰ ਲੋਕ ਤਾਂ ਕਮੈਂਟ ਸਾਨੂੰ ਵੀਡੀਓ ਪਾਉਂਦੇ ਆ ਕਹਿੰਦੇ ਤੁਸੀਂ 15 ਦਿਨ ਮਸ਼ੀਨ ਖੋਲੀ ਬੈਠੇ ਰਹਿੰਦੇ ਆ ਯਾਰ ਵਿਹਲੇ ਹੁੰਦੇ ਆ ਯਾਰ ਵਿਹਲੇ ਹੁੰਦੇ ਆ ਜਿੱਥੇ ਬੰਨ ਲਈ ਮੁੜ ਕੇ ਛੇੜ ਨੀ ਥੋੜੀ ਆ ਹਾਂ ਉਹਦਾ ਕਿਆ ਪਤਾ ਖੇਤਾਂ ਚ ਥੋੜੇ ਗਣਮ ਨਾਲੇ ਸਮਾਨ ਨੀ ਲੱਭਦਾ ਅੱਧਾ ਫੂਸ ਚੋ ਉੱਤੇ ਸ਼ੈਡ ਚ ਖੜੇ ਹੁੰਦੇ ਥੜੀ ਕੀੜੀ ਵੀ ਪਈ ਦਿਖਦੀ ਆ ਹਾਂ ਚਲੋ ਬਾਈ ਹੁਣ ਚਲਾਈਏ ਮਸ਼ੀਨ ਕਾਲਾ ਵੀ ਗਾਲਾਂ ਕੱਢਦਾ ਹੁਣ ਮਨ ਚ ਹੁਣ ਕਹਿੰਦਾ ਹੁਣ ਵੀ ਆਇਆ ਹੀ ਨਹੀਂ ਹੈਗਾ ਚਲੋ ਹੁਣ ਸਰਬਜੀਤ ਦੇ ਲਾਉਂਦੇ ਹਾਂ ਜਾ ਕੇ ਸਰਬਜੀਤ ਦੇ ਬਾਈ ਦੇ ਦਿਖਾਉਂਦੇ ਨਾਲ ਸਾਨੂੰ ਝਾੜ 28 ਬੀਜ ਆ ਲੰਬੜਦਾਰ ਕਹਿੰਦਾ ਵੀ 4 ਵਿਗਿਆਂ 'ਚ ਬਾਈ 17 ਕੁਇੰਟਲ ਜੀਰੀ ਨਿਕਲੇ 26 ਅੱਜ ਵੀ 26 ਵਧੀਆ ਨਿਕਲੀ ਆ ਕਹਿੰਦਾ ਲੇਟ ਲਾਓ ਝਾੜ ਵਧੀਆ ਪਾਓ ਚਲੋ ਹੁਣ ਚੱਲਦੇ ਹਾਂ ਮਸ਼ੀਨ ਲੋ ਜੀ ਪਾ ਕੇ ਤੇ ਬਾਈ ਜੀ ਲਿਆ ਦੇ ਵੱਢਣ ਜੀ ਮਿਲੋ ਜੀ ਬਾਈ ਜੀ ਨੂੰ ਜੀ ਹਾਂਜੀ ਨਰਿੰਦਰ ਬਾਈ ਜੀਰੀ ਵੱਢ ਰਿਹਾ ਪੂਰੇ ਚੋਰਾ ਠੋਰਾ ਨਾਲ ਨਰਿੰਦਰ ਬਾਈ ਦਾ ਧੰਨਵਾਦ ਤੇਰਾ ਨੰਬਰ ਲਾ ਦੋਨੇ ਅੱਜ ਹਾਂ ਡਰ ਤਾਂ ਕਹਿੰਦਾ ਵੀਹ ਨਾ ਆ ਜਾਵੇ ਦੌੜ ਦੇਖੀ ਪਿੱਛੇ ਆ ਗਿਆ ਉਹ ਨਰਿੰਦਰ ਬਾਈ ਦਾ ਧੰਨਵਾਦ ਬਹੁਤ 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 ਇਹਨੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਆਪਣੇ ਜੀ ਬਾਰੀ ਤੇ ਬਚਾਅ ਹੋ ਗਿਆ ਜੀ ਹੁਣ ਖਾਸਾ ਨਾ ਜੀ ਇਹਦਾ ਬਹੁਤ ਬਚਾਅ ਹੋ ਗਿਆ ਫਿਰ ਵੀ ਚਾਰ ਠੀਕ ਆ ਜਾਣਾ ਹਾਂਜੀ ਹਾਂਜੀ ਮੈਂ ਦੀ ਰੇਪ ਸਪਰੇਅ ਵੀ ਨਹੀਂ ਕਰੀ ਹੈਗੀ ਜੀ ਅੱਛਾ ਬਾਕੀ ਦੇਖੋ ਮੈਂ ਤੇ ਹੁਣ ਥੋੜਾ ਦਾਣਾ ਕਾਲਾ ਆਇਆ ਮੇਰਾ ਬਾਕੀ ਮੇਰਾ ਬਾਕੀ ਆ ਉਹ ਹੀ ਹੈ ਜੀ ਜਿਹੜੀ ਆਪਾਂ ਬੂਝਾ ਮਾਰ ਜੇ ਦੋ ਉਹ ਕਹਿੰਦੇ ਨੇ ਬਿਮਾਰੀ ਜੀ ਉਹ ਕਿਤੇ ਕਿਤੇ ਮਾੜੀ ਮੋਟੀ ਹੋਣੀ ਨਹੀਂ ਜੀ ਹੈਗੀ ਨਾ ਜੀ ਵੀਰੇ ਇੰਨੇ ਐਨੇ ਕਿਹੜੇ ਮੇਰਾ ਪੱਗ ਭਰ ਜਾਂਦਾ ਭਰਿਆ ਨਹੀਂ ਇਸ ਵਾਰ ਹਾਂ ਜੀ ਐਸੀ ਉਹ ਹੀ ਹੈ ਇਹ ਬੀਜ ਕਿਹੜਾ ਤਾਂ ਜੀ ਇਹ 26 ਦਾ ਮੇਰੇ ਖਿਆਲ ਚ 26 ਆ ਜੀ ਆ 26 ਪਹਿਲਾਂ ਪੱਕ ਜਾਂਦੀ ਆ ਜਾਂਦੀ ਆ ਜੀ ਬਾਕੀ 21 ਨੂੰ ਤਾਂ ਬਹੁਤ ਜ਼ਿਆਦਾ ਬਿਮਾਰੀ ਆ ਜੀ ਹੁਣ ਤੁਹਾਨੂੰ ਪਤਾ ਨਹੀਂ ਬੀਜ ਕਿਹੜਾ ਫਿਰ ਵੀ ਉਹਦਾ ਸਰਦੀ ਦਾ ਬੀਜ ਆਉਂਦਾ ਇਹ ਸਰਦੀ ਦਾ ਬੀਜ ਆ ਬੀਜ ਇਹ ਪਤਾ ਨਹੀਂ ਕਿਹੜਾ ਬੀਜ ਉਹਦਾ ਤੇ ਆਪਾਂ 26 ਆ ਪਤਾ ਨਹੀਂ ਕਿਹੜਾ ਹਾਂਜੀ ਹਾਂਜੀ ਮੈਂ ਬਾਹਰ ਗਿਆ ਤਾਂ ਕੈਨੇਡਾ ਗਿਆ ਜਦ ਬੀਜ ਦੇ ਪਿੱਛੇ ਤੇ ਇਹ ਅੱਛਾ ਮੈਂ ਦੇਖੇ ਤੇ ਵੀਡੀਓ ਦੇ ਵਿੱਚ ਤੁਸੀਂ ਦੇਖੇ ਜਹਾਜ਼ ਦੇ ਵਿੱਚ ਉੱਤੇ ਜਾ ਰਹੇ ਹਾਂ ਕਦ ਆਏ ਤੇ ਜੀ ਹੁਣ ਹੋ ਗਿਆ 1.5 ਮਹੀਨਾ ਹੋ ਗਿਆ ਇਹਨੂੰ ਅਗਸਤ ਚ ਆ ਗਿਆ ਤਾਂ ਅੱਛਾ ਦੇਖੇ ਮੈਂ ਅੱਜ ਆ ਜਿੱਤਾ ਹੁਣ ਅੱਛਾ ਅੱਜ ਤੇ ਮਿਲਿਆ ਅੱਜ ਮਿਲਿਆ ਜੀ ਤੁਹਾਨੂੰ ਇੱਧਰ ਆ ਬਲੌਗਰ ਦੇਖ ਲਓ ਨਵਾਂ ਇਹ ਹੈਗਾ ਬਲੌਗਰ ਚੀਨਾ ਕਬੂਤਰ ਹਾਂਜੀ ਬਾਈ ਧੰਨ ਹੈ ਰੱਬ ਤੈਨੂੰ ਹੋਰ ਤਰੱਕੀਆਂ ਦੇਵੇ ਮੁੰਡਾ ਪਹਿਲਾਂ ਰੋਡਾ ਭੋਡਾ ਹੁੰਦੇ ਸੀ ਗੁਰਸਿੱਖੀ ਲੈਣ 'ਚ ਆਇਆ ਰੱਬ ਤੈਨੂੰ ਹੋਰ ਚੜ੍ਹਦੇ ਕਲਾ 'ਚ ਰੱਖੇ ਯਾਰ ਠੀਕ ਆ ਰੱਬ ਤੈਨੂੰ ਹੋਰ ਤਰੱਕੀਆਂ ਦੇਵੇ ਬੜਾ ਚੰਗਾ ਲੱਗਿਆ ਜਦ ਤੋਂ ਮੁੰਡਾ ਸਿੱਖੀ ਸਰੂਪ 'ਚ ਆਇਆ ਇਹ ਤੇਰੇ ਮਨ 'ਚ ਕਿੱਦਾਂ ਭਾਵਨਾ ਆਈ ਇਹ ਬਸ ਇੱਦਾਂ ਜੀ ਮੈਂ ਦਿਲ ਦੇ ਵਿੱਚ ਆਇਆ ਪੈਂਦਾ ਵੀ ਮੈਂ ਕਿਹਾ ਚਲੋ ਵੀ ਅੰਮ੍ਰਿਤ ਛੱਕ ਕੇ ਹੁਣ ਬਥੇੜਾ ਖਾ ਪੀ ਲਿਆ ਜੀ ਹੁਣ ਸਾਰਾ ਕੁਝ ਕਰ ਲਿਆ ਜੀ ਤੇ ਲੋਕਾਂ ਨੇ ਪ੍ਰੇਰਨਾ ਕਰ ਵੀ ਲੋਕ ਵੀ ਅਮਰਧਾਰੀ ਹੋਣ ਸਾਰੇ ਬੰਦੇ ਹਾਂਜੀ ਹਾਂਜੀ ਸਾਰੇ ਇੱਕ ਹੋਵੇ ਸਹੀ ਗੱਲ ਹਾਂ ਸਾਰੇ ਬੰਦੇ ਜੋ ਵੀ ਤੇ ਸਿੱਖੀ ਲਹਿਰ ਚ ਆਉਣ ਸਾਰੇ ਬੰਦੇ ਹਾਂਜੀ ਹੁਣ ਮੈਨੂੰ ਨਾ ਕਮੈਂਟ ਕਰੋ ਪਹਿਲਾਂ ਤੂੰ ਆ ਜਾ ਹਲੇ ਮੇਰੇ ਪਰ ਜ਼ਿੰਮੇਵਾਰੀਆਂ ਬਹੁਤ ਆ ਬਾਈ ਹਲੇ ਜਦੋਂ ਜ਼ਿੰਮੇਵਾਰੀਆਂ ਪੂਰੀਆਂ ਹੋ ਗਈਆਂ ਤੇ ਆਪਾਂ ਨੇ ਵੀ ਬਣ ਜਾਣਾ ਫਿਰ ਹਾਂਜੀ ਠੀਕ ਹੈ ਹਾਲਾ ਹੋਰ ਲੋ ਜੀ ਆਪਾਂ ਸ਼ੀਰੇ ਬਾਈ ਜੀ ਇਹਨਾਂ ਦੀ ਆਪਣੇ ਬੜਤੀ ਦੀ ਜਾਨ ਮਹਾਲ ਬਾਈ ਇਹਨਾਂ ਦੀ ਜੀ ਉਹਨਾਂ ਦੀ ਵੱਟ ਕੇ ਜੀ ਆ ਗਏ ਜੀ ਆਪਾਂ ਸਰਬਜੀਤ ਬਾਈ ਇਹਨਾਂ ਦੇ ਜੀ ਪਿੰਡ ਪਹਿਲਾਂ ਆਪਣੇ ਇੱਧਰ ਬੜਤੀ ਦੀ ਟੱਪਰੀਆਂ ਪਿੰਡ ਕਿੰਨੀ ਉੱਧਰ ਜੀ ਵੱਟ ਕੇ ਜੀ ਆ ਗਏ ਜੀ ਹੁਣ ਆਪਾਂ ਪਿੰਡ ਪੱਟਣ ਬਾਈ ਇਹਨਾਂ ਦੇ ਮਿਲੋ ਜੀ ਬਾਈ ਨੂੰ ਜੀ ਸਤਿ ਸ਼੍ਰੀ ਅਕਾਲ
ਬਾਈ ਨੇਪਰ ਚੜ੍ਹਦਾ ਜਾਂਦਾ ਕੰਮ ਅਖੀਰਲਾ ਖੇਤ ਆ ਕੇਰਾ ਉੱਥੇ ਤੋਂ ਸ਼ੁਰੂ ਹੋ ਗਿਆ ਮੈਂ ਹੁਣ ਕੱਲ੍ਹ ਨੂੰ ਮੰਡੀ ਜਾਣਾ ਬਾਬੇ ਨਾਨਕ ਦਾ ਨਾਂ ਲੈ ਕੇ ਠੀਕ ਹੈ ਜੀ ਬਾਈ ਹੁਣ ਤੂੰ ਸਾਰਿਆਂ ਦੇ ਜੀਰੀ ਪੜ੍ਹਦਾ ਜੀਰੀ ਠੀਕ ਆ ਸਾਡੀ ਵਧੀਆ ਜੀ ਐਨ ਬਿਲਕੁਲ ਠੀਕ ਹੈ ਜੀ ਬਾਕੀ ਤੈਨੂੰ ਘੁੰਮਣ ਦੀ ਲੋੜ ਨਹੀਂ ਕੋਈ ਗੁਰਜੀ ਨਹੀਂ ਕੋਈ ਕੁਛ ਨਹੀਂ ਸਾਰੇ ਨੱਕੇ ਵੱਡੇ ਪਏ ਆ ਉੱਧਰ ਜੀ ਠੀਕ ਹੈ ਜੀ ਬਹੁਤ ਵਧੀਆ ਕੰਮ ਕਰਦੇ ਜਦ ਵੀ ਤੁਹਾਡੇ ਆਉਂਦੇ ਜੀ ਵੱਢਣ ਵਧੀਆ ਕੰਮ ਹੁੰਦੇ ਆ ਜੀ ਕੋਈ ਵੱਟ ਪਰ ਕੋਈ ਕੁਛ ਹੁੰਦਾ ਨਹੀਂ ਨਾ ਡੰਡਾ ਨਾ ਤਾਰ ਨਾ ਕੁਛ ਵੀ ਨਹੀਂ ਇੱਧਰ ਬਾਈ ਜੀ ਨਾ ਹੀ ਖੜੇ ਆ ਵਟਾ ਕੇ ਹੁਣ ਗੱਲ ਨਹੀਂ ਕਰਦੇ ਹਾਂਜੀ ਫਿਰ ਆਪਣਾ ਪਾਟਲੀ ਜੀ ਫਿਰ ਜੀ ਆਪਣੀ ਜਿਹੜੀ ਉਹ ਪਾਲੀ ਸਾਈਡ ਆ ਜੀ ਮੋਟਰ ਤੇ ਉਹ ਨਰਮ ਆ ਨਾ ਜੀ ਅੱਛਾ ਹਾਂ ਨੀਵਾਂ ਖੇਤ ਆ ਜੀ ਉਹਦੇ ਕਰਕੇ ਪਾਣੀ ਜ਼ਿਆਦਾ ਖੜ ਜਾਂਦਾ ਜੀ ਫਿਰ ਨੀਵਾਂ ਖੇਤ ਪਾਣੀ ਜ਼ਿਆਦਾ ਖੜਦਾ ਜੀ ਫਿਰ ਉੱਥੇ ਫਿਰ ਅੰਪੀਆਂ ਨਾਲ ਤਾਂ ਢਿੱਡ ਭਰ ਕੇ ਰੱਖਿਆ ਮੈਂ ਹੁਣ ਨੂਰਪੁਰ ਕਿੰਨੀ ਜਾਂਦਾ ਵੀਡੀਓ ਦੇ ਜ਼ਰੀਏ ਕਰਦਾ ਮੈਂ ਇਹਨੂੰ ਕਿਹਾ ਵੀ ਮੈਂ ਅੰਬੀਆਂ ਲੈ ਕੇ ਆਉਣਾ ਤੁਹਾਡੇ ਵਾਲੇ ਅੰਬ ਪੱਤੇ ਮੈਨੂੰ ਕਹਿੰਦਾ ਤੂੰ ਨਾ ਜਾਈ ਮੈਂ ਤੁਹਾਡੇ ਘਰ ਝੋਲੇ ਆਪੇ ਦੇ ਜੂੰਗਾ ਕਹਿੰਦਾ ਬਹੁਤ ਹੁੰਦੀਆਂ ਬਸ ਝੋਲੇ ਡਿੱਗਦਾ ਹੀ ਰਹਿ ਗਿਆ ਮੈਂ ਉਹ ਬਾਈ ਮੈਂ ਅੰਬੀਆਂ ਵਾਲਾ ਹੀ ਰੱਖਤਾ ਬਾਈ ਮੈਂ ਨੂਰਪੁਰ ਕਿੰਨੀ ਜਾਂਦਾ ਤਾ ਹਨੇਰਾ ਹੋ ਜਾਂਦਾ ਤਾ ਸਵੇਰੇ ਸਾਜਰੇ ਚਲੇ ਜਾਂਦਾ ਤਾ ਸ਼ਾਮ ਨੂੰ ਹਨੇਰਾ ਹੋ ਜਾਂਦਾ ਤਾ ਭੁੱਲ ਭੱਲ ਗਈ ਜਦੋਂ ਚਲੋ ਗਾਹ ਨੂੰ ਦੇਖਦੇ ਆ ਮੈਂ ਤੇਰਾ ਮਿੰਜਾ ਹੀ ਉੱਠੀ ਡਾਉਣਾ ਅੰਪਾ ਕੋਲ ਠੀਕ ਆ ਸੁੱਕੀ ਪਈ ਆ ਪੱਕੀ ਤਾਂ ਹੋਈ ਆ ਹੁਣ ਗਾਂ ਗਾਂ ਤਾਂ ਹੀ ਆਪਣੇ ਵਿਹਲੇ ਕਰ ਦੇਣੀ ਆਈ ਜਾਣਾ ਵਿਹਲੇ ਹੋਈ ਜਾਂਦੇ ਹੁਣ ਬਸ ਕੰਮ ਖੁੱਲ ਗਿਆ ਪੂਰਾ ਹਾਂਜੀ ਹਾਂ ਬੰਦਾ ਚੜ ਗਿਆ ਸਾਡਾ ਉੱਪਰ ਇਹ ਜਿਹੜੇ ਨਾ ਪਹਿਲਾਂ ਮੀਂਹ ਪੈ ਰਹੇ ਬਾਈ ਉਹਨਾਂ ਨੇ ਵੀ ਬਹੁਤ ਰੋਕਣਾ ਕੰਮ ਅੱਗੇ ਵਧਾਤਾ ਜੀ ਉਹਨਾਂ ਨੇ ਜੇ ਕਿਤੇ ਨਾ ਪੈਂਦੇ ਤਾਂ ਉਹਨੂੰ ਆਪਾਂ ਨੇ ਮੈਂ ਕਹਿੰਦਾ ਥੋੜੀ ਬਹੁਤੀ ਰਹਿ ਜਾਣੀ ਇੱਕ ਅੱਧਾ ਹਿੱਸਾ ਰਹਿ ਜਾਣਾ ਤਾਈ ਤੇਰੀ ਮਸ਼ੀਨ ਲੰਘੀ ਆ ਹਲੇ ਵੀ ਗਿੱਲਾ ਹੈਗਾ ਗਿੱਲਾ ਹੈਗਾ ਮਸ਼ੀਨ ਪੂਰੀ ਕਰਕੇ ਗਈ ਆ ਥੱਲੇ ਬਾਕੀ ਉਹ ਮਹਿਕ ਦੇਖੋ ਜੀ ਕਿੱਥੇ ਚੜਿਆ ਪਿਆ ਮੈਂ ਵੀ ਛਤਰੀ ਪਰੇ ਬਹਿ ਗਿਆ ਜੀ ਕਹਿੰਦਾ ਜੀ ਨੀ ਕਰਦਾ ਘਰ ਨੂੰ ਜਾਣ ਨੂੰ ਹੁਣ ਇਹ ਕਹਿੰਦਾ ਥੱਲੇ ਮੇਰੇ ਪੈਰ ਲੱਗਦੇ ਨੀ ਉਹ ਮੈਂ ਕਹਿੰਦਾ ਉਧਰ ਖੜਾ ਜੀ ਸਟਾਕ ਕਹਿੰਦਾ ਬਾਈ ਜੀ ਉਹਦੇ ਮੂਹਰੇ ਫੋਰ ਵਾਰ ਜਿਹੜੇ ਬਾਬਾ ਜੀਰੀ ਪਹਿਲਾਂ ਹੀ ਨੀ ਹੋਈ ਤੂੰ ਟਾਇਰ ਮੋਟੇ ਕਹੀ ਜਾਂਦਾ ਨਹੀਂ ਜਿੱਦਾਂ ਜੇ ਆਪਣਾ ਨਾਹਠ ਗਿਆਰ ਵਾਲੇ ਪਾ ਉਹ ਬੜੇ ਮਗਰ ਉਹਦੇ ਮਾੜਾ ਜਿਹਾ ਉੱਚਾ ਹੋ ਜਾਣਾ ਉਹ ਪਤਾ ਨਾ ਸਿੰਪਲ ਆਏ ਤਿੰਨੇ ਭਾਈ ਜਿਕਣਾ ਬਾਪੂ ਨੇ ਕਾਲੇ ਦੇ ਆਪਣਾ ਇੰਨੇ ਕਚੋੜੇ ਆਏ ਉਹ ਕਹਿੰਦਾ ਇਹ ਅੱਛਾ ਅੱਛਾ ਜੀ ਬਾਈ ਜੀ ਨੂੰ ਜੀ ਬਾਈ ਨਾ ਹੀ ਆ ਗਏ ਜੀ ਆਹ ਮੁੰਡਾ ਹੀ ਬਾਹ ਕਰਦਾ ਕੁੜੀ ਹੈ ਅੱਛਾ ਜੀ ਮੈਨੂੰ ਪਤਾ ਨੀ ਤਾ ਜੀ ਆਹ ਦੇ ਕੌਣ ਵੀ ਕਰਦੀ ਹੈ ਬਾਏ ਬਾਏ ਬਾਪੂ ਦਾ ਹੀ ਦੇਖਦੇ
ਲੱਗੀ ਲੱਗੀ ਰੌਣਕ ਦਿਖਣ ਵੀਰੇ जी निंदर भाई लग्या चाह पीण चढ़ाता काला भाई जी जी थोड़ी बहुत ही रह गई हो गया नरवाई जी हो जाती है जिन्नी करे फिर अपना काम कर रहे होना हमने अपने ਬਾਈ ਕਾਲੇ ਬਾਈ ਨੂੰ ਚੜਾ ਤਾ ਮਸ਼ੀਨ ਤੇ ਉਹ ਜਿਹੜੀ ਮਾੜੀ ਮੋਟੀ ਰਹਿ ਗਈ ਬਾਈ ਬਚੂਗਾ ਨਿੰਦਰ ਬਾਈ ਲੱਗਿਆ ਚਾਹ ਪੀਣ ਲਓ ਜੀ ਬਾਈ ਸਰਬਜੀਤ ਬਾਈ ਉਹਨਾਂ ਦੀ ਵੱਢੀ ਗਈ ਅਮਨੇ ਬਾਈ ਉਹਨਾਂ ਦੀ ਵੱਢ ਕੇ ਵਿਹਲੇ ਕਰਤੇ ਅੱਜ ਇਹ ਅਮਨ ਬਾਈ ਹੋਰ ਤਾਂ ਨੀ ਰਹੀ ਤੁਹਾਡੀ ਉਹ ਜਸਵੀਰ ਬਾਈ ਦੀ ਰਹਿ ਗਈ ਉਹ ਆਪਣੇ ਉਹਦੇ ਮੋਟਰ ਕੋਲ ਠੀਕ ਆ ਜੀ ਹਾਂ ਹਾਂ ਆਬਾ ਜਿੱਦਣਾ ਉਧਰ ਨੂੰ ਗਏ ਆਪਾਂ ਵੜਦੇ ਨਹੀਂ ਜਿੱਦਣਾ ਦਰਸ਼ਨ ਬਾਈ ਉਹਨਾਂ ਦੇ ਗਏ ਕਿਹੜਾ ਬੀਜ ਆ ਉੱਥੇ ਬਾਈ 26 ਆ ਉਹ ਤਾਂ ਆ ਗਿਆ ਹੋਣਾ ਜੀ ਫਿਰ ਉਹ ਤਾਂ ਆ ਗਿਆ ਹੋਣਾ 26 ਤਾਂ ਆ ਗਿਆ ਹੋਣਾ ਜੀ ਫਿਰ ਠੀਕ ਆ ਜੀ ਠੀਕ ਆ ਵੀਰੇ ਚਲੋ ਬਾਈ ਹੁਣ ਕਟਰ ਉਤਾਰ ਕੇ ਚੱਲਦੇ ਆ ਫਿਰ ਘਰ ਨੂੰ ਜੀ ਬਾਈ ਘਰੇ ਆ ਗਏ ਵੱਢ ਕੇ ਮਸ਼ੀਨ ਲਿਆ ਕੇ ਖੜਾ ਤੀ ਮੀਂਹ ਤਾਂ ਥੋੜਾ ਹੀ ਦਾ ਬਾਕੀ ਕਹਿਣ ਨੂੰ ਇਦਾਂ ਦੇਖਣ ਨੂੰ ਬਾਕੀ ਇਧਰ ਮਿਲੋ ਚੀਨੇ ਬਾਈ ਨੂੰ ਚੀਨੇ ਸਤਿ ਸ੍ਰੀ ਅਕਾਲ ਤਾਂ ਠੀਕ ਆ ਹੁਣ ਤਾਂ ਸ਼ਾਮ ਹੋ ਗਈ ਹੋਰ ਠੀਕ ਆ ਹੁਣ ਹੁਣ ਬਾਈ ਹੋ ਗਿਆ ਠੀਕ ਅੱਜ ਥੋੜਾ ਜਿਹਾ ਤੈਨੂੰ ਘਰਾਂ ਪਏ ਤੇ ਜਾਂ ਮੰਜੇ ਪਏ ਰਹਿੰਦਾ ਬੰਦਾ ਉਹਦੇ ਕਰਕੇ ਥੋੜਾ ਦਲਿੱਦਰ ਜਿਹਾ ਬਣ ਜਾਂਦਾ ਹੁਣ ਠੀਕ ਆ ਹੁਣ ਤਾਂ ਸਰੀਰ ਓਕੇ ਆ ਹੁਣ ਤਾਂ ਪਹਿਲਾਂ ਬਾਅਦ ਸਵੇਰੇ ਟੈਸਟ ਵੀ ਕਰਾਇਆ ਤਾ ਕਰਾਉਣ ਗਏ ਤੇ ਪਰ ਉਹਨੇ ਇਹਨੇ ਖੁਰਾਕ ਖਾ ਲਈ ਤੀ ਕੋਈ ਹੋਰ ਰਾਜੀ ਬਾਈ ਦੇ ਵੜਦੇ ਉਦਨੇ ਦਾ ਫੋਨ ਖੋ ਗਿਆ ਤਾ ਇਹਨੇ ਕਿਤੇ ਵੀਡੀਓ ਚ ਤੇ ਇਹਨੇ ਕਹਿਤਾ ਮੇਰਾ ਫੋਨ ਖੋ ਗਿਆ ਇੱਕ ਆਪਣੇ ਨਾ ਬਾਹਰ ਕਿਹੜੇ ਪਿੰਡ ਦੇ ਲੱਗਿਆ ਜੀ ਇਹਨੇ ਪਤਾ ਤਿੰਨ ਦਿਨ ਦੱਸਿਆ ਬਾਈ ਆਪਣੇ ਬਾਈ ਨੇ ਇੱਕ ਦੀ ਵੀਰ ਨੇ ਆਪਣੇ ਸਬਸਕ੍ਰਾਈਬਰ ਨੇ ਇਹਦੀ ਵੀਡੀਓ ਦੇਖੀ ਉਹ ਵੀਡੀਓ ਦੇਖ ਕੇ ਉਹਨੇ ਧਿੰਦੇ ਮਹਾਲ ਬਲੋਕ 'ਚ ਕੋਲ 7000 ਰੁਪਇਆ ਪਾਇਆ ਅੱਜ ਉਹ ਚੀਨੇ ਨੂੰ ਦੇਤਾ ਉਹਨਾਂ ਨੇ ਧਿੰਦੇ ਨੇ ਚੀਨੇ ਨੂੰ ਦੇਤਾ ਬਹੁਤ ਬਹੁਤ ਧੰਨਵਾਦ ਉਹ ਬਾਈ ਦਾ ਜਿਹੜਾ ਚੀਨੇ ਦੀ ਬਹੁਤ ਬਹੁਤ ਧੰਨਵਾਦ ਬਾਈ ਦਾ ਬਾਈ ਨੂੰ ਆਮਦਨ 'ਚ ਵਾਧਾ ਪਾਵੇ ਰੱਬ ਜੀ ਵਧੀਆ ਕਾਰੋਬਾਰ ਚੱਲੇ ਬਾਈ ਦਾ ਜੀ ਬਹੁਤ ਬਹੁਤ ਧੰਨਵਾਦ ਆ ਵੀਰ ਦਾ ਉਹਦਾ ਬਹੁਤ ਬਾਈ ਧੰਨਵਾਦ ਸਾਡੀ ਸਾਰੀ ਯੂਟਿਊਬ ਫੈਮਿਲੀ ਵੱਲੋਂ ਬਹੁਤ ਬਾਈ ਦਾ ਧੰਨਵਾਦ ਉਹਦਾ ਚੀਨੇ ਨੂੰ ਵਿਚਾਰੇ ਨੂੰ ਮੋਬਾਈਲ ਲੈਣ ਜੋਗੇ ਬਾਈ ਨੇ ਪੈਸੇ ਪਾਏ ਆ ਤਾਂ ਮੋਬਾਈਲ ਗਿਰ ਗਿਆ ਉਦਣ ਵੀਰ ਨੇ ਮੋਬਾਈਲ ਜੋਗੇ ਪੈਸੇ ਪਾ ਤੇ ਕਹਿਣਾ ਬਈ ਮੋਬਾਈਲ ਦਵਾਓ ਚੀਨੇ ਨੂੰ ਚਲੋ ਚੱਲੀਏ ਫਿਰ ਹੁਣ ਹਾਂਜੀ ਚਲੋ ਬਾਈ ਹੁਣ ਕੱਲ੍ਹ ਨੂੰ ਦੇਖਾਂਗੇ ਮਾੜਾ ਮੋਟਾ ਇੱਕ ਮੋਟਰ ਵਾਲੇ ਬੈਰਿੰਗ ਜਿਹਾ ਬਲੇਟ ਵਾਲੇ ਬਸ ਉਹੀ ਥੋੜ੍ਹੇ ਜਿਹੇ ਹੋਵਾਂ ਬਾਕੀ ਅੱਜ 31-75 ਦਾ ਜ਼ੋਰ ਤੁਹਾਨੂੰ ਪਤਾ ਹੀ ਹੈ ਗਿੱਲੇ 'ਚ ਲੱਗਦਾ ਚਮਕਾਈ ਪਈ ਆ ਦੇਖ ਲਓ ਆ ਵੀ ਇਹ ਤਾਂ ਬਾਈ ਸੀਜ਼ਨ 3 ਸੀਜ਼ਨ ਹੋ ਗਿਆ ਬੈਲਟ ਚੱਲਦੀ ਨੂੰ ਇੱਕ ਨੇ ਕਾਲਾ ਕਹੀ ਜਾਂਦਾ ਟੁੱਟ ਜਾਣਾ ਮੈਂ ਕਿਹਾ ਨਹੀਂ ਟੁੱਟਦੀ ਕਿਤੇ ਨਹੀਂ ਜਾਂਦੀ ਇਹ ਉੱਕਣੇ ਚੱਲਦੀ ਆ ਚੱਲ ਠੀਕ ਆ ਵੀ ਜੀ ਨੇ ਕਰ ਰੈਸਟ ਹੁਣ ਦਵਾਈ ਦਵੂਈ ਚੰਗਾ ਲੈ ਲਈ ਜਾ ਕੇ ਖਰਾਕ ਹੈ ਕਿ ਆਪਾਂ ਨੇ ਦਵਾਈ ਲੈ ਲੈਣੀ ਜੀ ਇੱਕ ਦਫਾ ਫੇਰ ਵੀ ਹਾਂ ਬਾਕੀ ਬਾਈ ਮੋਟੇ ਕਸਰ ਮਸਰ ਹੋਊਗੀ ਚੱਕ ਹੋ ਜੂਗੇ ਜੀ ਹਾਂ ਬਾਕੀ ਬਈ ਜਾਨ ਮਾਲ ਦੀ ਜੀਰੀ ਵੱਢੀ ਅੱਜ ਸਰਬਜੀਤ ਦੀ ਅਮਨੇ ਦੀ ਲੰਬੜਦਾਰ ਦੀ ਚਲੋ ਠੀਕ ਆ ਬਾਈ ਹੁਣ ਮਿਲਾਂਗੇ ਕੱਲ੍ਹ ਨੂੰ ਕੱਲ੍ਹ ਵਾਲੀ ਵੀਡੀਓ 'ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ